23/9/2010 ਨੂੰ ਗਏ ਆ ਜੀ ਇੱਥੋਂ ਤੇ ਜਾਣ ਤੋਂ ਵੇਲੇ ਤੋਂ 3 ਦਿਨ ਬਾਅਦ ਸਿਰਫ ਮੇਰੇ ਨਾਲ ਇੱਕ ਜਾਣ ਦੇ ਵੇਲੇ ਤੋਂ 3 ਦਿਨ ਬਾਅਦ ਮੇਰੇ ਨਾਲ ਗੱਲਬਾਤ ਹੋਈ ਜੀ ਉਹਨਾਂ ਦੀ ਉਹਨਾਂ ਦੀ ਫੋਨ ਤੇ ਆਇਆ ਮੇਰੇ ਕੋਲ ਫੋਨ ਮੈਂ ਕਿਹਾ ਬੇਟੇ ਤੁਸੀਂ ਹੈ ਕਿੱਥੇ ਇਸ ਟਾਈਮ ਕਹਿੰਦੇ ਵੀ ਅਸੀਂ ਰਸਤੇ ਜਾਂ ਜੰਗਲਾਂ ਜਾਂ ਵੀ ਮੈਂ ਕਿਹਾ ਰੋਟੀ ਪਾਣੀ ਤੁਹਾਨੂੰ ਕਹਿੰਦੇ ਵੀ ਸਾਨੂੰ ਬਰਗਰ ਮਿਲਿਆ ਸੀ ਇੱਕ ਬਸ ਜਦੋਂ ਪੁੱਤ ਘਰੋਂ ਤੋਰਿਆ ਸੀ ਹਲਕੀ ਹਲਕੀ ਦਾੜੀ ਮੁੱਛ ਫੁੱਟਣ ਲੱਗੀ ਸੀ ਅੱਜ 13 ਸਾਲ ਹੋ ਗਏ ਨੇ ਦਾੜੀ ਵੀ ਆ ਗਈ ਹੋਣੀ ਹੈ ਉਮਰ ਵੀ ਵੱਧ ਗਈ ਹੈ ਅਤੇ ਸਰੀਰ ਪੱਖੋਂ ਵੀ ਤਕੜਾ ਹੋ ਗਿਆ ਹੋਣਾ ਪਰ ਪੁੱਤ ਦਿਖਦਾ ਕਿਹੋ ਜਿਹਾ ਹੈ ਇਹ ਪਤਾ ਹੀ ਨਹੀਂ ਇਹ ਬੋਲ ਨੇ ਸ਼੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਬੁਰਜ ਕੱਚਾ ਦੇ ਉਸ ਪਿਤਾ ਨੇ ਜਿਸ ਨੇ ਤਕਰੀਬਨ 13 ਸਾਲ ਪਹਿਲਾਂ ਆਪਣੇ ਪੁੱਤ ਨੂੰ ਅਮਰੀਕਾ ਲਈ ਰਵਾਨਾ ਕੀਤਾ ਸੀ ਪਰ 13 ਸਾਲ ਪਹਿਲਾਂ ਭੇਜੇ ਪੁੱਤ ਨੇ ਜਾਣ ਤੋਂ ਬਾਅਦ 3 ਦਿਨ ਬਾਅਦ ਇੱਕ ਫੋਨ ਕੀਤਾ ਕਿ ਪਿਤਾ ਮੈਂ ਜੰਗਲਾਂ ਵਿੱਚ ਹਾਂ ਖਾਣ ਦੇ ਲਈ ਇੱਕ ਹੱਥ ਵਿੱਚ ਬਰਗਰ ਹੈ ਟਿਕਾਣੇ ਪਹੁੰਚ ਕੇ ਫੋਨ ਕਰਾਂਗਾ ਪਰ ਉਹ ਫੋਨ ਅੱਜ ਤੱਕ ਆਇਆ ਹੀ ਨਹੀਂ ਅਤੇ ਨਾ ਪੁੱਤ ਦੀ ਕੋਈ ਉੱਗ ਸੁੱਗ ਲੱਗ ਸਕੀ ਹੈ ਮਾਮਲਾ ਇੱਕ ਵਾਰ ਫਿਰ ਫਰਜ਼ੀ ਏਜੰਟ ਵੱਲੋਂ ਧੋਖਾਧੜੀ ਦਾ ਸਾਹਮਣੇ ਆਇਆ 13 ਸਾਲ ਪਹਿਲਾਂ ਕੁਝ ਨੌਜਵਾਨ ਅਮਰੀਕਾ ਲਈ ਰਵਾਨਾ ਤਾਂ ਹੋਏ ਪਰ ਪਹੁੰਚੇ ਨਹੀਂ ਪਰਿਵਾਰਾਂ ਦੀ ਲੰਮੀ ਉਡੀਕ ਹੈ ਪਰ ਹਾਲ ਹੀ ਦੇ ਵਿੱਚ ਇੱਕ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਆਇਆ ਹੈ ਹਾਈ ਕੋਰਟ ਵੱਲੋਂ ਇਹ ਮਾਮਲਾ ਹੁਣ CBI ਨੂੰ ਦੇ ਦਿੱਤਾ ਗਿਆ ਅਤੇ CBI ਇਸ ਮਾਮਲੇ 'ਚ ਹੁਣ ਜਾਂਚ ਕਰਨ ਜਾ ਰਹੀ ਹੈ ਉਹਨਾਂ ਹੀ ਨੌਜਵਾਨਾਂ ਦੇ ਵਿੱਚੋਂ ਇੱਕ ਪਰਿਵਾਰ ਸਾਹਮਣੇ ਆਇਆ ਹੈ ਸ਼੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਬੁਰਜ ਕੱਚਾ ਤੋਂ ਪਰਿਵਾਰ ਦਾ ਕੀ ਕੁਝ ਕਹਿਣਾ ਸੀ ਕੀ ਨੇ ਇਸ ਸਮੇਂ ਘਰ ਦੇ ਹਾਲਾਤ ਆਓ ਦੇਖਦੇ ਹਾਂ ਨੌਜਵਾਨ ਦੇ ਪਿਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਤਕਰੀਬਨ 13 ਸਾਲ ਪਹਿਲਾਂ ਪੁੱਤ ਘਰੋਂ ਗਿਆ ਅਮਰੀਕਾ ਇੱਕ ਚੰਗੇ ਭਵਿੱਖ ਦੇ ਲਈ ਪਰ ਨਾ ਤਾਂ ਹੁਣ ਸਾਨੂੰ ਉਸ ਦੇ ਭਵਿੱਖ ਦਾ ਪਤਾ ਹੈ ਅਤੇ ਨਾ ਸਾਨੂੰ ਆਪਣੇ ਪੁੱਤ ਦਾ ਸਾਨੂੰ ਤਾਂ ਇੰਨਾ ਵੀ ਨਹੀਂ ਪਤਾ ਕਿ ਉਹ ਜਿਉਂਦਾ ਹੈ ਜਾਂ ਮਰ ਗਿਆ ਕਿਉਂਕਿ ਨਾ ਤਾਂ ਉਸ ਨਾਲ ਕਦੇ ਗੱਲਬਾਤ ਹੋਈ ਹੈ ਅਤੇ ਨਾ ਹੀ ਅਸੀਂ ਉਸਨੂੰ ਦੇਖਿਆ ਹੈ ਇੱਥੋਂ ਤੱਕ ਕਿ ਏਜੰਟ ਵੱਲੋਂ ਵੀ ਕੋਈ ਥਾਂ ਸਿਰਾ ਸਾਨੂੰ ਇਹਨਾਂ 13 ਸਾਲਾਂ ਵਿੱਚ ਨਹੀਂ ਦਿੱਤਾ ਗਿਆ ਕੀ ਕੁਝ ਕਹਿਣਾ ਸੀ ਪਿਤਾ ਦਾ ਹੋਰ ਆਓ ਸੁਣਦੇ ਹਾਂ ਅਤੇ 23/9/2010 ਨੂੰ ਗਏ ਹਾਂ ਜੀ ਇੱਥੋਂ ਅਤੇ ਜਾਣ ਤੋਂ ਵੇਲੇ ਤੋਂ 3 ਦਿਨ ਬਾਅਦ ਸਿਰਫ ਮੇਰੇ ਨਾਲ ਇੱਕ ਜਾਣ ਦੇ ਵੇਲੇ ਤੋਂ 3 ਦਿਨ ਬਾਅਦ ਮੇਰੇ ਨਾਲ ਗੱਲਬਾਤ ਹੋਈ ਜੀ ਉਹਨਾਂ ਦੀ ਉਹਨਾਂ ਦੀ ਫੋਨ 'ਤੇ ਆਇਆ ਮੇਰੇ ਕੋਲ ਫੋਨ ਮੈਂ ਕਿਹਾ ਬੇਟੇ ਤੁਸੀਂ ਹੈ ਕਿੱਥੇ ਇਸ ਟਾਈਮ ਕਹਿੰਦੇ ਵੀ ਅਸੀਂ ਰਸਤੇ ਜਾਂ ਜੰਗਲਾਂ ਜਾਂ ਵੀ ਮੈਂ ਕਿਹਾ ਰੋਟੀ ਪਾਣੀ ਤੁਹਾਨੂੰ ਕਹਿੰਦੇ ਵੀ ਸਾਨੂੰ ਬਰਗਰ ਮਿਲਿਆ ਸੀ ਇੱਕ ਬਸ ਹੋਰ ਨਹੀਂ ਖਾਣ ਪੀਣ ਨੂੰ ਕੁਛ ਮਿਲਿਆ ਵੀ ਹੁਣ ਏਜੰਟ ਸਾਹਿਬ ਕਹਿੰਦੇ ਵੀ ਤੁਹਾਨੂੰ ਸਿਰੇ ਲਾ ਕੇ ਗੱਲਬਾਤ ਕਰਾਵਾਂਗੇ ਆਹੀ ਗੱਲਬਾਤ ਹੋਈ ਜੀ ਮੇਰੇ ਨਾਲ ਮੁੜ ਕੇ ਕੋਈ ਗੱਲਬਾਤ ਨਹੀਂ ਹੋਈ ਏਜੰਟ ਕਿਹੜਾ ਸੀਗਾ ਕਿੰਨੇ ਅਵਤਾਰ ਸਿੰਘ ਬੱਬੂ ਜੀ ਅਵਤਾਰ ਸਿੰਘ ਬੱਬੂ ਪਿੰਡ ਖੋਖਰ ਉਹ ਏਜੰਟ ਸੀ ਜੀ 19 ਲੱਖ ਰੁਪਇਆ ਮੇਰੇ ਤੋਂ ਕੋਲੋਂ ਪੂਰਾ ਕੈਸ਼ ਨਕਦ ਲਿਆ ਜੀ ਉਸਨੇ ਜ਼ਮੀਨ ਵੇਚ ਕੇ ਮੈਂ ਪੈਸੇ ਦਿੱਤੇ ਜੀ ਆਪਣੀ ਜ਼ਮੀਨ ਵੇਚ ਕੇ ਹਾਂਜੀ ਉਸ ਤੋਂ ਬਾਅਦ ਪਤਾ ਲੱਗਿਆ ਵੀ ਬੇਟਾ ਕਿੱਥੇ ਗਿਆ ਨਹੀਂ ਜੀ ਕੋਈ ਪਤਾ ਨਹੀਂ ਚੱਲਿਆ ਜੀ ਮੈਨੂੰ ਤਾਂ ਲਾਰੇ ਲਾਈ ਗਏ ਜੀ ਉਹ ਕੈਲੀਫੋਰਨੀਆ ਚਲ ਗਏ ਫਲਾਣੇ ਥੋਂ ਚਲ ਗਏ ਜੀ ਅਸੀਂ ਪਾਰ ਲੰਘਾ ਦਿੱਤੇ ਜੀ ਮੈਂ ਕਿਹਾ ਜੀ ਸਾਡੀ ਗੱਲ ਕਰਾਓ ਉਹ ਜੀ ਰੇਂਜ ਪਕੜਦੇ ਆ ਜੀ ਉੱਥੇ ਐਂ ਕਰਦੇ ਆ ਜੀ ਇਹ ਤਾਂ ਮੈਨੂੰ 4 ਮਹੀਨਿਆਂ ਬਾਅਦ ਪਤਾ ਚੱਲਿਆ ਜੀ ਫਿਰ ਕਿਸੇ ਦੇ ਵਿੱਚੋਂ ਗੱਲ ਲਈ ਹੁੰਦੀ ਹੁੰਦੀ ਰੌਲਾ ਪੈਂਦਾ ਪੈਂਦਾ ਇੱਕ ਏਜੰਟ ਨੇ ਮੈਨੂੰ ਗੱਲ ਕਰੀ ਕਹਿੰਦਾ ਬੱਚਿਆਂ ਬਾਰੇ ਤਾਂ ਤੂੰ ਸੋਚ ਹੀ ਨਾ ਕੁਛ ਕਹਿੰਦਾ ਤੈਨੂੰ ਮੈਂ ਦੱਸ ਨਹੀਂ ਸਕਦਾ ਮੈਂ ਕਿਹਾ ਜੀ ਹੈ ਕਹਿੰਦਾ ਹਾਂ ਮੈਂ ਕਿਹਾ ਵੀ ਤੂੰ ਮੈਨੂੰ ਦੱਸ ਦੇ ਚਲੋ ਹੁਣ ਮੈਂ ਜੋ ਹੋ ਗਿਆ ਮੈਨੂੰ ਦੱਸ ਤਾਂ ਦੇ ਉਹ ਕਹਿੰਦਾ ਵੀ ਆਹ ਘਟਨਾ ਕੀਤੀ ਇਹਨਾਂ ਨੇ ਗਾਹਾਂ ਪੈਸੇ ਪੂਸੇ ਨਹੀਂ ਪੇਮੈਂਟਾਂ ਦਿੱਤੀਆਂ ਉਹਦੇ ਕਰਕੇ ਇਹਨਾਂ ਦੀ ਕੋਈ ਘਟਨਾ ਚੱਲਦੀ ਆ ਮੈਨੂੰ ਇਹ ਗਾਹਾਂ ਲੰਬਾ ਨਹੀਂ ਪਤਾ ਉੱਥੇ ਪਿਤਾ ਦਾ ਕਹਿਣਾ ਹੈ ਕਿ ਲੰਮੇ ਅਰਸੇ ਬਾਅਦ ਇੱਕ ਫੋਨ ਤਾਂ ਆਇਆ ਸੀ ਕਿ ਤੁਹਾਡਾ ਪੁੱਤ ਮੈਕਸੀਕੋ ਜੇਲ੍ਹ 'ਚ ਬੰਦ ਹੈ ਜਿਸ ਲਈ ਮੇਰੇ ਤੋਂ 50,000 ਦੀ ਮੰਗ ਕੀਤੀ ਗਈ ਉਸਨੂੰ ਛਡਵਾਉਣ ਦੇ ਲਈ ਮੈਂ ਪਹਿਲਾਂ ਜ਼ਮੀਨ ਵੇਚੀ ਪੁੱਤ ਬਾਹਰ ਭੇਜਿਆ ਫਿਰ ਘਰ ਦਾ ਪਸ਼ੂ ਧਨ ਵੇਚਿਆ ਪੁੱਤ ਨੂੰ ਜੇਲ੍ਹ 'ਚੋਂ ਛਡਵਾਉਣ ਦੇ ਲਈ ਇੱਥੋਂ ਤੱਕ ਕਿ ਮੈਂ ਵਕੀਲਾਂ ਨੂੰ ਵੀ 5-7 ਲੱਖ ਰੁਪਇਆ ਦੇ ਦਿੱਤਾ ਪਰ ਮੇਰੇ ਪੁੱਤ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ ਪਰ ਇੱਕ ਆਸ ਜ਼ਰੂਰ ਬੱਝੀ ਹੈ ਕਿ CBI ਹੁਣ ਜਾਂਚ ਕਰ ਰਹੀ ਹੈ ਉਮੀਦ ਹੈ ਕਿ ਪੁੱਤ ਦੀ ਕੋਈ ਖਬਰ ਤਾਂ ਮਿਲੇਗੀ ਕਿ ਉਹ ਚਾਹੁੰਦਾ ਹੈ ਜਾਂ ਨਹੀਂ ਹੱਸਦਾ ਵੱਸਦਾ ਹੈ ਜਾਂ ਨਹੀਂ ਇਹ ਸਭ ਕੁਝ ਹੁਣ ਸਾਨੂੰ ਸ਼ਾਇਦ ਪਤਾ ਲੱਗ ਜਾਵੇਗਾ ਕਹਿੰਦਾ ਜੀ ਤੁਹਾਡੇ ਬੱਚੇ ਤਾਂ ਮੈਕਸੀਕੋ ਜੇਲ੍ਹ 'ਚ ਆ ਮੈਂ ਕਿਹਾ ਜੀ ਜੇਲ੍ਹ 'ਚ ਆ ਫਿਰ ਦੱਸੋ ਕੋਈ ਹੱਲ ਫਿਰ ਮੈਂ ਆਪਣੇ ਨਾਲ ਦੇ ਬੰਦਿਆਂ ਨੂੰ ਦੂਸਰਿਆਂ ਨੂੰ ਦੱਸਿਆ ਦੂਸਰੇ ਬੰਦੇ ਵੀ ਅਸੀਂ ਇਕੱਠੇ ਹੋ ਕੇ ਗਏ ਉਹ ਕਹਿੰਦਾ 50,000 ਪਰ ਬੰਦਾ ਲੱਗੂ ਜੀ ਵੀ ਮੈਂ ਤੁਹਾਡੀ ਗੱਲਬਾਤ ਕਰਾ ਦਿੰਦਾ ਮੈਂ ਉਹਨਾਂ ਬੰਦਿਆਂ ਨੂੰ ਕਿਹਾ ਉਹ ਕਹਿੰਦੇ ਵੀ ਅਸੀਂ ਤਾਂ ਦੇ ਨਹੀਂ ਸਕਦੇ ਜੀ ਅੱਗੇ ਦੇ ਕੇ ਬੈਠੇ ਹਾਂ ਮੈਂ ਜੀ ਆਪਣੀਆਂ ਮੱਝਾਂ ਵੇਚ ਕੇ ਮੈਂ ਆਪਣਾ ਹੱਲ ਕਰਿਆ ਮੈਂ ਜਿੱਥੇ ਮੇਰਾ 19 ਲੱਖ ਗਿਆ ਮੇਰਾ ਪਤਾ ਬੱਚੇ ਦਾ ਪਤਾ ਲੱਗ ਜੂ ਮੈਂ 50,000 ਰੁਪਏ ਦੇ ਇਹਨੂੰ ਦੇ ਚੁੱਕਿਆ ਜੀ ਇਹਨੂੰ ਦਿੱਤਾ ਗਿਆ ਜੀ ਇਹਨੂੰ ਮੈਂ ਕਿਹਾ ਵੀ ਮੈਂ ਪੇਮੈਂਟ ਤਿਆਰ ਕਰ ਚੁੱਕਿਆ ਵੀ ਮੈਂ ਤੁਹਾਨੂੰ ਦੇਣਾ ਵਾਂ ਮੈਨੂੰ ਪ੍ਰਦੀਪ ਕੁਮਾਰ ਜੀ ਕਹਿੰਦੇ ਵੀ ਤੁਸੀਂ 10 ਮਿੰਟ ਵੇਟ ਕਰੋ ਮੈਂ ਤੁਹਾਨੂੰ ਦੱਸਦਾ ਮੈਂ ਠੀਕ ਆ ਜੀ 10 ਮਿੰਟ ਮੈਂ ਵੇਟ ਕੀਤਾ ਜੀ ਮਾਛੜੀ ਚਰਨ ਕਮਲ ਸਾਹਿਬ ਚੌਂਕ 'ਚ ਕਰਕੇ
उसके बाद च नहीं तो फोन आया, मैं 10 मिनट फिर मगरे ला लिया जी फोन, इन्हें फिर मैंने जी नंबर लिखाया। उस नंबर से तुसी पेमेंट कितनी पाई है? 50,000 रुपया जी उस नंबर से मैं पाया। उस तो बाद होर पेमेंट भी दी? वो पेमेंट मेरे तो कैश ले गए जी आके आरतियों को 2.5 लाख रुपया। उन्हें इसे कम नहीं लाए जी, कहता भी बच्चे हम थोड़े गाह तोरने अं बच्चे उतों गाह कड़ देने, कहें भी असं जेल चो छा के ना भी बच्चे पार्ट पाने जो माफिया पैसे देंगे उन्हें असं देने को। परिवार अपने बच्चों के भविख के लिए उन्होंने बाहर तो भेज देंगे ने कि एक चंगा भविख बन जाएगा, पर कुछ पैसे दे लालची लोग या कुछ फर्जी एजेंट इन्हां मासूमां नूं अपनी ठगी का शिकार बनाउंदे ने ते उन्हां दे बच्चियां नूं किसे गलत राहे पा दिंदे आ या किते गलत जगह अजिही छड्डदे आ जिथे बच्चे अपनी जिंदगी नूं कई बार बदतर भी समझदे ने। पर 13 साल की लंबी उड़ीक है, हुण मामला CBI कोल पहुंचिया ते परिवारां नूं भी आस बजी है कि पुत्तां दी कुछ खबर मिलेगी ते खबर कुछ चंगी मिलेगी। श्री माछीवाड़ा साहब तो परमिंदर वर्मा की रिपोर्ट।